ਹਾਏ ਗੁੱਡੀਏ ਮੂੰਹ ਗੁੱਡੀਏ, ਹਾਏ ਗੁੱਡੀਏ ਮੂੰਹ ਗੁੱਡੀਏ, ਜੈ ਗੁੱਡੀਏ ਜੈ ਮਰਨਾ ਸੀ, ਦਰਿਆ ਕਾਨੂੰ ਤਰਨਾ ਸੀ, ਜੈ ਗੁੱਡੀਏ ਤੈ ਮਰਨਾ ਸੀ, ਦਰਿਆ ਕਾਨੂੰ ਤਰਨਾ ਸੀ, ਜੈ ਗੁੱਡੀਏ ਤੈ ਮਰਨਾ ਸੀ, ਦਰਿਆ ਕਾਨੂੰ ਤਰਨਾ ਸੀ, ਮਾਈ ਮਾਰੀ ਜਾਣ ਕੇ ਆਟਾ ਤਰ ਗਈ ਛਾਣ ਕੇ, ਗੁੱਡੀ ਮਰੀ ਜਾਣ ਕੇ ਆਟਾ ਤਰ ਗਈ ਛਾਣ ਕੇ, ਹਾਏ ਗੁੱਡੀਏ ਹਾਏ ਗੁੱਡੀਏ ਮੂੰਹ ਗੁੱਡੀਏ, ਹਾਏ ਗੁੱਡੀਏ ਮੂੰਹ ਗੁੱਡੀਏ, ਹਾਏ ਗੁੱਡੀਏ। ਤਪਦੀ ਗਰਮੀ ਨੇ ਲੋਕਾਂ ਨੂੰ ਯਾਦ ਕਰਵਾਇਆ ਪੁਰਾਣਾ ਪੰਜਾਬੀ ਸੱਭਿਆਚਾਰ। ਗਰਮੀ ਦਾ ਪ੍ਰਕੋਪ ਕਢਾਉਣ ਲਈ ਬੀਬੀਆਂ ਨੇ ਸੂਏ ਅੱਗੇ ਫੂਕੀ ਗੁੱਡੀ। ਰੱਬਾ ਰੱਬਾ ਮੀਂਹ ਬਰਸਾ ਸਾਡੀ ਕੋਠੀ ਦਾਣੇ ਪਾ, ਇਹ ਗੀਤ ਗਾ ਕੇ ਮਨਾ ਰਹੀਆਂ ਨੇ ਇੰਦਰ ਦੇਵਤਾ ਨੂੰ। ਅੱਜ ਇਹ ਕੀ ਕਰ ਰਹੇ ਹੋ ਤੁਸੀਂ? ਇਹ ਅਸੀਂ ਜੀ ਗੁੱਡੀ ਫੂਕ ਰਹੇ ਹਾਂ ਜੀ। ਕਾਤੋਂ ਫੂਕ ਰਹੇ ਹੋ? ਵੀ ਮੀਂਹ ਆਵੇ, ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਕਿਸੇ ਪਾਸੋਂ ਸਾਫ ਨਹੀਂ ਲੱਗ ਰਹੀ ਮੀਂਹ ਦੀ। ਅੱਛਾ, ਇਹ ਗੁੱਡੀ ਫੂਕਣਾ ਕੋਈ ਪੁਰਾਣੀ ਰਵਾਇਤ ਹੈ? ਹਾਂਜੀ ਪੁਰਾਣੀ ਰਵਾਇਤ ਹੈ ਜੀ। ਹਾਂਜੀ ਪਹਿਲਾਂ ਜ਼ਮਾਨੇ ਚ ਵੀ ਫੂਕਦੇ ਸੀ, ਅੱਜ ਵੀ ਇਹ ਉਪਰਾਲਾ ਕੀਤਾ ਗਿਆ ਜੀ ਸਾਰਿਆਂ ਨੇ ਰਲ ਕੇ। ਅੱਜ ਇਹ ਕਿਹੜੇ ਮਹੱਲੇ ਦੇ, ਕਿੱਥੋਂ ਦੇ ਨੇ? ਮਾਈਆਂ ਬੱਤੀ ਦੇ ਜੀ, ਭਵਾਨੀਗੜ੍ਹ ਤੋਂ। ਹਾਂਜੀ। ਅੱਛਾ ਅੱਛਾ ਅੱਛਾ।